ਦੁਨੀਆ ਭਾਂਤ ਭਾਂਦੀ ਆ। ਇਹੋ ਜਿਹੀਆਂ ਗੁਰਮੁਖ ਰੂਹਾਂ ਰਾਹੀਂ ਸਭਾ ਸੁਸਾਇਟੀਆਂ ਰਾਹੀਂ ਜਿੱਥੇ ਆਪਾਂ ਜੁੜਨਾ ਉੱਥੇ ਥੋੜ੍ਹਾ ਜਿਹਾ ਟੁੱਟਣ ਵਾਲਿਆਂ ਤੋਂ ਵੀ ਬਚ ਕੇ ਰਹਿਣ, ਦੋਵੇਂ ਕੰਮ ਕਰਨੇ ਪੈਣ। ਕੋਈ ਤੁਹਾਨੂੰ ਕਹਿ ਦੇਵੇ ਬਹੁਤੇ ਪਾਠ ਕਰਨ ਦੀ ਕੀ ਲੋੜ ਹੈ, ਤੋੜਨ ਵਾਲੇ ਵੀ। ਕੋਈ ਤੁਹਾਨੂੰ ਕਹਿ ਦੇਵੇ ਬਹੁਤੀ ਬਾਣੀ ਪੜ੍ਹਨ ਦੀ ਕੀ ਲੋੜ ਹੈ। ਇਹੋ ਜਿਹੇ ਸਮੇਂ ਇਹੋ ਜਿਹੇ ਸ਼ਬਦਾਂ ਦੀ ਸਿੱਖਿਆ ਮਨ ਨੂੰ ਸੁਣਾਉਣੀ ਹੈ ਵੀ ਵੇਖ ਗੁਰੂ ਸਾਹਿਬ ਗਾਉਣ ਦਾ, ਸੁਣਨ ਦਾ, ਪੜ੍ਹਨ ਦਾ ਕਿੱਡਾ ਵੱਡਾ ਮਹੱਤਵ ਕਹਿੰਦੇ ਹੈ। ਕਾਵੋ ਸੁਣੋ ਪੜੋ ਨਿਤ ਪਾਈ, ਕਾਵੋ ਪੜੋ ਨਿਤ ਪਾਈ। ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਪੜੋ ਪੜੋ ਨਿਤ ਪਾਈ, ਕਾਵੋ ਪਾਈ। ਇੰਨੀ ਕੁ ਗੱਲ ਤੇ ਹਰ ਸਾਦਾ ਬੰਦਾ ਸਮਝਦਾ। ਕੋਈ ਮੋਬਾਈਲ ਤੇ ਪਿਕਚਰਾਂ ਵੇਖਦਾ, ਗੰਦਗੀ ਵੇਖਦਾ। ਹੁਣ ਨਵਾਂ ਕੰਮ ਚੱਲਿਆ ਮੋਬਾਈਲ ਤੇ ਗੇਮਾਂ ਖੇਡਣੀਆਂ। ਹੁਣ ਉਹ ਚੰਗਾ ਕਿ ਜਿਹੜਾ ਮੋਬਾਈਲ ਤੇ ਬਾਣੀ ਪੜਦਾ? ਗੱਜ ਕੇ ਆਖੋ ਸਤਿਗੁਰੂ। ਇਹ ਮੈਂ ਬੇਨਤੀ ਕਰ ਰਿਹਾ ਗੁਰੂ ਰਾਮਦਾਸ ਜੀ ਦੇ ਦਰ ਦੇ ਜਿੰਨੇ ਸਿੰਘ ਸਾਹਿਬ, ਕੋਈ ਇੱਕ ਦੋ ਛੱਡ ਕੇ ਇਹਨਾਂ ਸਾਰਿਆਂ ਨੇ ਸੰਥਿਆ ਲਈ ਹੈ ਦਮਦਮੀ ਟਕਸਾਲ ਤੋਂ, ਜਿਹੜੀ ਟਕਸਾਲ ਬਾਬਾ ਦੀਪ ਸਿੰਘ ਜੀ ਤੋਂ ਚੱਲੀ, ਜਿਹਦੇ ਪਹਿਲੇ ਮੁਖੀ ਬਾਬਾ ਜੀ ਬਾਬਾ ਦੀਪ ਸਿੰਘ ਜੀ। ਤਕਰੀਬਨ ਸਿੰਘ ਸਾਹਿਬ ਪਿਆਰ ਕਰਦੇ ਆ, ਕਈ ਸਿੰਘ ਸਾਹਿਬਾਂ ਨੇ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਮਹਾਂਪੁਰਸ਼ਾਂ ਤੋਂ ਸੰਥਿਆ ਲਈ ਹੈ, ਕਈ ਸਿੰਘ ਸਾਹਿਬਾਂ ਨੇ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਕੋਲ ਰਹੇ ਆ, ਕਹਿੰਦੇ ਅਸੀਂ ਬੱਚੇ ਸਾਂ ਉਦੋਂ ਸੰਥਿਆ ਲਈ। ਅਤੇ ਫਿਰ ਕਈ ਵਾਰੀ ਦਾਸ ਨੂੰ ਪਿਆਰ 'ਚ ਦੱਸਦੇ, ਅਸੀਂ ਅੱਖੀ ਵੇਖਿਆ ਕਿ ਜਿਹਨਾਂ ਕੋਲੋਂ ਅਸੀਂ ਸੰਥਿਆ ਲਈ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ, ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ, ਕਹਿੰਦੇ ਪੰਜ ਗ੍ਰੰਥੀ ਦਾ ਨੇਮ, ਦਸ ਗ੍ਰੰਥੀ ਦਾ ਨੇਮ, ਅਤੇ ਤਕਰੀਬਨ 51 ਪਾਠ ਜਪਜੀ ਸਾਹਿਬ ਦਾ ਨੇਮ। ਗੱਜ ਕੇ ਆਖੋ ਸਤਨਾਮ। ਹੁਣ ਕਈ ਸਿੰਘ ਸਾਹਿਬ ਵਿੱਚੋਂ ਚੋਲਾ ਵੀ ਬਦਲ ਗਏ, ਵੇਦਾਂਤੀ ਜੀ ਉਹਨਾਂ ਨੇ ਵੀ ਦਮਦਮੀ ਟਕਸਾਲ ਤੋਂ ਸੰਥਿਆ ਲਈ, ਗਿਆਨੀ ਪੂਰਨ ਸਿੰਘ ਜੀ ਉਹ ਵੀ ਚੋਲਾ ਬਦਲ ਗਏ, ਉਹਨਾਂ ਨੇ ਵੀ ਉੱਥੇ ਸੰਥਿਆ ਲਈ ਸਾਰੀ। ਇਹ ਹੁਣ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਇਹਨਾਂ ਨੇ ਵੀ ਸੰਥਿਆ ਉੱਥੋਂ ਲਈ ਦਮਦਮੀ ਟਕਸਾਲ।
ਇਹਨਾਂ ਦੇ ਦੁਸਹਿਰੇ 'ਤੇ ਬਾਬਾ ਹਰਨਾਮ ਸਿੰਘ ਜੀ ਆਪ ਸੁਣਾ ਕੇ ਗਏ। ਬਾਬਾ ਠਾਕੁਰ ਸਿੰਘ ਨਾਲ ਬੜਾ ਪਿਆਰ ਸੀ, ਗਿਆਨੀ ਜਗਤਾਰ ਸਿੰਘ। ਮੈਂ ਸਿਰ ਇਸ਼ਾਰਾ ਦੇ ਰਿਹਾ, ਅਸੀਂ ਇੱਥੋਂ ਸੜਕਾਂ ਲੈਣੀਆਂ ਤੁਹਾਡੇ ਮੇਰੇ ਸਭ ਦੇ ਪਿਆਰੇ ਬਾਬਾ ਦੀਪ ਸਿੰਘ ਜੀ ਦੀਆਂ ਟਕਸਾਲਾਂ ਤੋਂ। ਗੱਜ ਕੇ ਆਖੋ ਸਾਧਨਾ, ਕਿੱਡਾ ਕਿੱਡਾ ਤਗੜਾ ਨਿਤਨੇਮ ਸੀ ਉਹਨਾਂ ਦਾ, ਕਿੱਡਾ ਕਿੱਡਾ ਤਗੜਾ। ਪੰਜ ਸੱਤ ਫਰਜ਼ ਨੇ ਸਾਡੇ, ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਪੰਜ ਸੱਤ ਫਰਜ਼ ਨੇ। ਉਹਨਾਂ 'ਚੋਂ ਪਹਿਲਾ ਫਰਜ਼ ਹੈ ਬਾਣੀ ਨੂੰ ਪੜ੍ਹਨਾ। ਗੱਜ ਕੇ ਆਖੋ ਸਾਧਨਾ, ਇਹ ਬਾਣੀ ਨੂੰ ਪੜ੍ਹਨਾ। ਦੂਜੀ ਗੱਲ, ਜਿਹੜਾ ਇਲਾਹਾਬਾਦ ਇਲਾਕਾ ਹੈ ਤਰਵੈਣੀ ਦਾ, ਜਿੱਥੇ ਤਰਵੈਣੀ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ, ਉਹਨੂੰ ਤਰਵੈਣੀ ਕਹਿੰਦੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ 'ਚ ਜ਼ਿਕਰ ਕੀਤਾ, ਜਬ ਹੀ ਜਾਤ ਤਰਵੈਣੀ ਭਏ, ਆਪਣੇ ਮਾਤਾ ਪਿਤਾ ਜੀ ਦਾ ਪੁੰਨ ਦਾਨ ਦਿਨ ਕਰਤ ਬਿਤਾਏ। ਉਹ ਤਰਵੈਣੀ ਇਲਾਹਾਬਾਦ ਦੇ ਕੋਲ ਹੈ, ਜਿੱਥੇ ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਅਤੇ ਮਾਤਾ ਨਾਨਕੀ ਜੀ ਉਹਨਾਂ ਦੇ ਮੱਠ। ਇਤਿਹਾਸ ਹੈ, ਮਾਤਾ ਨਾਨਕੀ ਜੀ ਨੇ ਇਲਾਹਾਬਾਦ ਤਰਵੈਣੀ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ, ਬੇਟਾ ਜੀ, ਗੁਰੂ ਤੇਗ ਬਹਾਦਰ ਜੀ ਕਹਿੰਦੇ, ਦੱਸੋ ਮਾਤਾ ਜੀ, ਕਹਿੰਦੇ ਤੁਹਾਡੇ ਪਿਤਾ ਜੀ ਨੇ ਮੈਨੂੰ ਬਚਨ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਕਿਹੜਾ ਬਚਨ? ਕਹਿੰਦੇ, ਪਿਤਾ ਹੋ ਗਏ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਦਿੱਤਾ ਸੀ ਕਿ ਤੁਹਾਡੇ ਘਰ ਪੋਤਰਾ ਹੋਏਗਾ। ਉਹ ਲਫ਼ਜ਼ ਲਿਖਿਆ ਜੀ, ਅਜਾਨ ਬਾਹੂ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਮਾਤਾ ਨਾਨਕੀ ਜੀ ਨੇ ਮਨ ਭਰਿਆ ਸੀ, ਇਹ ਵੱਖਰਾ ਇਤਿਹਾਸ ਹੈ। ਫਿਰ ਮਹਾਰਾਜ ਨੇ ਇੱਕ ਰੁਮਾਲ ਪਾਇਆ ਸੀ ਝੋਲੀ 'ਚ, ਇੱਕ ਗੁਟਕਾ ਸਾਹਿਬ, ਇੱਕ ਕਟਾਰ। ਕਟਾਰ ਵੇਲੇ ਆਖਿਆ ਸੀ ਇਹ ਪੋਤਰੇ ਨੂੰ ਦੇਣੀ, ਇਹ ਉਹਦੀ ਝੋਲੀ 'ਚ ਪਾਉਣੀ। ਪੋਤਰਾ ਕੌਣ ਹੋਇਆ? ਗੁਰੂ ਗੋਬਿੰਦ ਸਿੰਘ, ਅਜੇ ਆਗਮਨ ਹੋਣਾ ਉਹਨਾਂ। ਉਦੋਂ ਜਦੋਂ ਮਾਤਾ ਨਾਨਕੀ ਜੀ ਕਹਿੰਦੇ ਜੀ, ਤੁਹਾਡੇ ਪਿਤਾ ਜੀ ਨੇ ਮੈਨੂੰ, ਗੁਰੂ ਹਰਗੋਬਿੰਦ ਸਾਹਿਬ, ਮਾਤਾ ਨਾਨਕੀ ਉਹਨਾਂ ਦੇ ਮਹਿਲ ਵੀ, ਮੈਨੂੰ ਆਹ ਬਚਨ ਪਾਇਆ ਸੀ ਝੋਲੀ, ਕਿ ਇਹੋ ਜਿਹਾ ਪੋਤਰਾ ਹੋਏਗਾ ਅਜਾਨ ਬਾਹੂ। ਅਜਾਨ ਬਾਹੂ ਕਿਹਨੂੰ ਕਹਿੰਦੇ ਆ? ਲੱਖਾਂ ਬਾਹਾਂ ਵਰਗਾ ਬਲ ਉਹਨਾਂ ਦੀਆਂ ਬਾਹਾਂ 'ਚ ਹੋਏਗਾ। ਗੱਜ ਕੇ ਆਖੋ ਸਤਨਾਮ, ਅਜਾਨ ਬਾਹੂ। ਦੂਜੇ ਲਫ਼ਜ਼ ਮਹਾਂਬਲੀ, ਉਹ ਮਹਾਂਬਲੀ ਹੋਏਗਾ। ਤੀਜੇ ਲਫ਼ਜ਼ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ, ਸਰਬ ਕਲਾ ਸੰਪੂਰਨ, ਇਹੋ ਜਿਹਾ ਪੋਤਰਾ ਤੁਹਾਡੇ ਘਰ। ਮਾਤਾ ਨਾਨਕੀ ਜੀ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੂੰ, ਆਪਣੇ ਬੇਟੇ ਨੂੰ, ਉਹ ਸਮਾਂ ਕਦੋਂ ਆਏਗਾ? ਆਖੋ ਸਤਨਾਮ। ਇਤਿਹਾਸ ਹੈ, ਸੁਣਿਓ ਧਿਆਨ ਨਾਲ। ਗੁਰੂ ਤੇਗ ਬਹਾਦਰ ਜੀ ਕਹਿੰਦੇ ਆ, ਜੇ ਆਹ ਸਮਾਂ ਵੇਖਣਾ ਸਾਨੂੰ ਪੂਰਨੇ ਪਾਉਣੇ, ਚੰਦੋਆ ਮੰਗਾਇਆ,
ਚੰਦੋਆ ਬਣਿਆ। ਉਦੋਂ ਅਜੇ ਗੁਰੂ ਪਦਵੀ ਨਹੀਂ ਮਿਲੀ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਕੀ ਆਖਿਆ ਗੁਰੂ ਤੇਗ ਬਹਾਦਰ ਜੀ ਨੇ ਕਿ ਪਾਠੀ ਸਿੰਘ ਪਾਠ ਕਰਨਗੇ ਅਤੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੂੰ ਕੀ ਆਖਿਆ, ਸਾਡੇ ਦੋਵੇਂ ਮਾਤਾਵਾਂ ਹੋਈਆਂ ਸਾਡੇ ਲਈ, ਆ ਆਖਿਆ ਕਿ ਤੁਸੀਂ ਚੌਂਕੜਾ ਮਾਰ ਕੇ ਸਾਰਾ ਪਾਠ ਸਰਵਣ ਕਰਨਾ ਹੈਗਾ। ਜੇ ਕੇ ਆਖੋ ਸਾਧਨਾ, ਇਹ ਸਾਰੀ ਬਾਣੀ ਸਰਵਣ ਕਰ ਲਈ। ਔਰ ਪਾਠੀ ਸਿੰਘ ਵੀ ਲਿਖੇ ਨੇ ਉਸ ਵੇਲੇ ਕਿਹੜੇ ਲਾਏ ਗੁਰੂ ਤੇਗ ਬਹਾਦਰ ਜੀ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਗੁਰਬਖਸ਼ ਜੀ, ਇੱਕ ਦੋ ਪਾਠੀਆਂ ਦੇ ਮੈਂ ਨਾਂ ਭੁੱਲ ਗਿਆ। ਇਹ ਚੀਜ਼ਾਂ ਆਪਣੇ 'ਚ ਵਸੀਆਂ ਹੋਣਗੀਆਂ ਅਤੇ ਕੋਈ ਤੋੜ ਨਹੀਂ ਸਕੇਗਾ। ਪਾਠ ਕਰਨ ਦੀ ਕੀ ਲੋੜ ਹੈ, ਅਣਪੜ੍ਹ ਦੀ ਕੀ ਲੋੜ ਹੈ। ਇਹ ਸਾਡਾ ਪਹਿਲਾ ਫਰਜ਼ ਹੈ ਬਾਣੀ ਨੂੰ ਪੜ੍ਹਨਾ। ਗੁਰੂ ਤੇਗ ਬਹਾਦਰ ਜੀ ਨੇ ਆਪ ਪੂਰਨੇ ਪਾਏ, ਗੱਜ ਕੇ ਆਖੋ ਸਾਧਨਾ। ਇਲਾਹਾਬਾਦ ਤ੍ਰਿਵੇਣੀ, ਜਿਹਦਾ ਕਲਗੀ ਧਰਮ ਬਾਰੇ ਜ਼ਿਕਰ ਵੀ ਕੀਤਾ, ਜਬ ਹੀ ਜਾ ਤ੍ਰਿਵੇਣੀ ਭਏ ਉਹਨ ਦਾਨ ਦਿਨ ਕਰ ਦੇ। ਦੂਜਾ ਫਰਜ਼ ਸਾਡਾ ਬਾਣੀ ਨੂੰ ਸੁਣਨਾ। ਤੀਜਾ ਫਰਜ਼ ਬਾਣੀ ਨੂੰ ਵਿਚਾਰਨਾ। ਵੱਡੇ ਤੋਂ ਵੱਡੇ ਕੰਮ ਕਰੋ, ਚੰਗੇ ਤੋਂ ਚੰਗੇ ਕਰੋ, ਪਰ ਵਿਚਾਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਉਹ ਕੀ ਕਹਿੰਦੀ ਹੈ। 1430 ਅੰਗਾਂ ਵਿੱਚ ਕਿਧਰੇ ਤੁਹਾਨੂੰ ਹੋਮੇ ਦੀ ਬੋਰ ਨਹੀਂ ਆਏਗੀ। ਆਖੋ ਸਤਨਾਮ। ਦਸਾਂ ਭਾਵ, ਸਾਰਾ ਦਸਾਂ ਭਾਵ। ਤੁਸੀਂ ਆਪ ਸੋਚੋ, ਗੁਰੂ ਨਾਨਕ ਤੋਂ ਵੱਡਾ ਕੋਈ ਹੈ? ਕਿੱਡਾ ਦਸਾਂ ਭਾਵ ਹੈ ਗੁਰੂ ਗ੍ਰੰਥ ਸਾਹਿਬ 'ਚ। ਗੁਰੂ ਨਾਨਕ ਸਾਹਿਬ ਕਿਤੇ ਆਪਣੇ ਨਾਂ ਦੇ ਨਾਲ ਲਿਖਦੇ ਆ ਨਾਨਕ ਨੀਚ, ਕਿਤੇ ਨਾਨਕ ਸੱਦ। ਸੱਦ ਦਾ ਕੀ ਅਰਥ ਹੈ ਤੁਹਾਨੂੰ ਪਤਾ, ਮੈਂ ਬੋਲਾਂ ਮੇਰੇ ਕੋਲ ਬੋਲੇ ਨਹੀਂ ਜਾਂਦੇ। ਨਾਨਕ ਦਵਾਨਾ ਅਤੇ ਤਾਲਾ, ਇਹ ਗਰੀਬੀ ਹੈ। ਸਮਰੱਥ ਹੁੰਦਿਆਂ ਇੱਥੇ ਰੱਖਿਆ ਮਨ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਬੜੇ। ਇਹ ਕੈਸੀ ਸਿੱਖੀ ਸਾਡੀ, ਉਹਨੂੰ ਜਗ੍ਹਾ ਨਹੀਂ 1430 ਅੰਗਾਂ। ਨਿਮਰਤਾ ਦੀ ਪੜ੍ਹਾਈ ਕੁੱਟ ਕੁੱਟ ਕੇ ਭਰੀ। ਇਹ ਵਿਚਾਰਨਾ। ਇੱਕ ਵਾਰੀ ਭਾਈ ਆਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਸਿਫਤ ਕੀਤੀ ਅਤੇ ਭਾਈ ਆਨੰਦ ਲਾਲ ਜੀ ਸਮਾਪਤੀ ਤੋਂ ਬਾਅਦ ਨਾ ਮਨ ਨੂੰ ਕਹਿਣ ਲੱਗ ਪਏ ਆਪਣੇ ਮਨ 'ਚ, ਕਦੇ ਇਹ ਛਾਲ ਵੱਜਦੀ ਹੈ, ਇੱਕ ਘੁੰਮੇ ਹੁੰਦੀ ਬੂਹ 'ਚੋਂ ਨਿਕਲਦੀ, ਇੱਕ ਅੰਦਰ ਘੁਲਦੀ ਹੈ। ਅਤੇ ਭਾਈ ਆਨੰਦ ਲਾਲ ਮਨ ਨੂੰ ਕਹਿੰਦੇ, ਉਹ ਮਨਾ ਦਾਸ ਬਣ, ਕਰਤਾ ਨਾ ਬਣ। ਆਖੋ ਸਾਧਨਾ। ਉਹ ਮਨਾ ਦਾਸ ਬਣ, ਉਸੇ ਵੇਲੇ ਸੰਭਾਲਿਆ ਹੋਮੇ ਦੇ ਉਛਾਲਿਆਂ ਨੂੰ। ਇਹ ਸਾਡਾ ਤੀਜਾ ਫਰਜ਼ ਹੈ ਬਾਣੀ ਨੂੰ ਵਿਚਾਰਨਾ। ਚੌਥਾ ਫਰਜ਼ ਬਾਣੀ ਨੂੰ ਮੰਨਣਾ। ਪੰਜਵਾਂ ਫਰਜ਼ ਹੈ ਗੁਰਬਾਣੀ ਦਾ ਸਤਿਕਾਰ ਕਰਨਾ। ਕਹਿ ਦਿਓ ਗੱਜ ਕੇ ਸਤਿਨਾਮ, ਜਿੰਨਾ ਹੋ ਸਕੇ ਸਤਿਕਾਰ ਕਰ। ਛੇਵਾਂ ਫਰਜ਼ ਹੈ ਗੁਰਬਾਣੀ 'ਤੇ ਭਰੋਸਾ ਰੱਖਣਾ। ਕਹਿ ਦਿਓ ਗੱਜ ਕੇ ਸਤਿਨਾਮ, ਭਰੋਸਾ ਰੱਖਣਾ।
ਬਾਬਾ ਆਨੰਦ ਸਿੰਘ ਦੇ ਬਚਨ ਨੇ, ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਦੀ ਕਿਤੋਂ ਨਹੀਂ ਪੂਰੀ ਪਏਗੀ। ਆਖੋ ਸਤਨਾਮ। ਇਹੋ ਜਿਹੇ ਭਰੋਸੇ ਆਓ ਜੀ, 5 ਮਿੰਟ ਘੱਟ ਸੱਤ ਤੇ ਸੋਦਰ ਲੱਗਣਾ, ਇੰਨਾ ਹੀ ਪ੍ਰਵਾਨ ਕਰਿਓ ਹਾਜ਼ਰੀ। ਇਹ ਬਾਣੀ ਪ੍ਰਤੀ ਇਹ ਸਾਰੇ ਫਰਜ਼ ਨਿਭਣ, ਸਾਰੇ ਕੁਝ ਫਰਜ਼ ਮਹਾਰਾਜ ਨੇ ਇਸ ਪੰਕਤੀ 'ਚ ਬੋਲੇ ਵੀ ਨੇ, ਪੜਿਓ ਜੀ। ਗਾਵੋ ਸੁਣੋ ਪੜੋ ਨਿਤ ਪਾਈ, ਗਾਵੋ ਸੁਣੋ ਪੜੋ ਨਿਤ ਪਾਈ, ਗਾਵੋ ਸੁਣੋ ਪੜੋ ਨਿਤ ਪਾਈ, ਗਾਵੋ ਸਾਹਿਬ ਆਪਣੇ ਆਸਣ ਤੋਂ ਉੱਠ ਕੇ ਤੇਰੀ ਰਾਖੀ ਕਰਨਗੇ। ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਸੁਵਖਿਆ ਰਬ ਬਾਣੀ ਸ਼ਬਦ ਸੁਵਖਿਆ, ਰਬ ਬਾਣੀ ਸ਼ਬਦ ਸੁਵਖਿਆ, ਪ੍ਰਭ ਬਾਣੀ ਸ਼ਬਦ ਸੁਵਖਿਆ। ਆਵੋ ਸੁਣੋ ਪੜੋ ਨਿਤ ਪਾਈ, ਆਵੋ ਸੁਣੋ ਪੜੋ ਨਿਤ ਪਾਈ।
ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਦਿ ਰਤ ਪ੍ਰਤ ਫਲ ਆਦਿ ਰਤ ਪ੍ਰਤ ਫਲ ਗੁਰਪੁਰੇ ਤੂੰ ਰੱਖਿਆ ਗੁਰਪੁਰੇ ਤੂੰ
ਪੜੋ ਨਿਤ ਭਾਈ ਗਾਵੋ ਸੁਨੋ ਪੜੋ ਨਿਤ ਭਾਈ ਗਾਵੋ ਸੁਨੋ ਪੜੋ ਨਿਤ ਭਾਈ।